ਪਤਾ ਇਹਨੂੰ ਨਹੀਂ ਪਤਾ ਕੀ ਹੋਇਆ। ਬਾਦਸ਼ਾਹ ਨੇ ਕਿਹਾ ਅੱਲਾਹ ਪਾਕ ਦਾ ਜ਼ਿਕਰ ਕਰੋ ਮੇਰੀ ਤਬੀਅਤ ਸੈੱਟ ਹੋ ਜਾਵੇ, ਤੇ ਤੂੰ ਇੱਥੇ ਸੁੱਤਾ ਪਿਆ। ਉਹ ਯਾਰ ਗੱਲ ਕਰਨ ਦਾ ਮਕਸਦ ਸਵੇਰੇ ਸਵੇਰੇ ਤੁਸੀਂ ਕੋਈ ਨਾ ਕੋਈ ਸੁਨੇਹਾ ਲੈ ਕੇ ਆਨੇ ਪੁੱਠਾ। ਅੱਛਾ, ਕੋ ਅੱਲਾਹ ਪਵਾ ਕਰੋ, ਕੋ ਅੱਲਾਹ ਸੋਹਣੇ ਦਾ ਨਾਮ ਲਵੋ ਯਾਰ। ਹਾਂ ਇਹ ਤਾਂ ਮੈਂ ਕਹਿ ਰਿਹਾ, ਜਿਹੜੀ ਅੱਲਾਹ ਸੋਹਣੇ ਦੇ ਨਾਮ ਤੋਂ ਹੋਣੀ ਚਾਹੀਦੀ ਆ। ਇਹੀ ਗੱਲ ਮੈਂ ਕਹਿ ਰਿਹਾ। ਮਾਮੀਆਂ, ਚਾਚੀਆਂ, ਫੁੱਫੀਆਂ, ਤਾਈਆਂ ਪੱਕੇ ਕਦੇ ਸਹਾਰੇ ਨਹੀਂ ਹੁੰਦੇ, ਹਰ ਰਿਸ਼ਤਾ ਘੜੀ ਪਲ ਹਾਲ ਪੁੱਛ ਲੈਂਦਾ, ਪਰ ਮਾਵਾਂ ਬਾਜ ਗੁਜ਼ਾਰੇ ਨਹੀਂ ਹੁੰਦੇ। ਜਿਹੜਾ ਜਿਹੜਾ ਬੰਦਾ ਇਸ ਮੁਲਕੇ ਪਾਕਿਸਤਾਨ ਨਾਲ ਆਪਣੀ ਮਾਂ ਨਾਲ ਪਿਆਰ ਕਰਦਾ, ਜ਼ਰਾ ਕਲੈਪ ਕਰੇ। ਔਰ ਜਿਹੜਾ ਜਿਹੜਾ ਬੰਦਾ ਇਹਨਾਂ ਦੀਆਂ ਭੈਣਾਂ ਨਾਲ ਕਰਦਾ, ਉਹ ਵੀ ਖੁੱਲ ਕੇ ਤਾੜੀ ਮਾਰੇ। ਓਏ ਕਰਦੇ ਆ, ਕਰਦੇ ਆ, ਕਰਦੇ ਆ। ਜਿਹੜਾ ਹੁਣ ਇਹਦੀ ਬੁੱਢੀ ਨਾਲ ਕਰਦਾ, ਉਹ ਵੀ ਤਾੜੀ ਮਾਰੇ। ਉਹ ਭਾਈ ਜਾਂਦਾ ਹੀ ਰਾਤ ਨੂੰ, ਉਹ ਹੀ ਮਾਰਨ ਦੇ ਆ ਹੀ ਤਾੜੀ। ਜਦ ਤੂੰ ਘਰ ਨਹੀਂ ਹੁੰਦਾ, ਉਹ ਇੱਥੇ ਆ ਜਾਂਦਾ। ਉਹਦਾ ਮੈਂ ਕਾਰਡ ਬਣਾ ਕੇ ਦਿੱਤਾ ਉਹਨੂੰ। ਅੱਛਾ ਜੀ, ਜਦੋਂ ਨਾਲ ਗਿਆ ਸ਼ੁਰੂ ਕਰ ਲੈਣਾ। ਹਾਂ, ਹੋਰ ਸੁਣਾ, ਨਹਾਉਣ ਵਾਲੇ ਡਾਉਂਗੇ? ਅੱਲਾ ਦਾ ਸ਼ੁਕਰ, ਉਹ ਮੈਂ ਰਖੇ ਹੀ ਬੈਠਾ ਆਇਆ ਸੀ। ਅੱਛਾ, ਰਖੇ ਇੱਕ ਬਾਬਾ ਹੀ ਬੈਠੇ, ਉਹਨਾਂ ਦੇ ਹੱਥ 'ਚ ਛਾਪਰ। ਮੈਂ ਕਿਹਾ ਬਾਬਾ ਜੀ ਛਾਪਰ 'ਚ ਕੀ? ਕਹਿੰਦਾ ਤੂੰ ਪੁੱਛ ਕੇ ਭੈਣ ਦਾ ਰਿਸ਼ਤਾ ਦੇਣਾ। ਆਹੋ, ਮੈਂ ਚੁੱਪ ਕਰ ਗਿਆ। ਫਿਰ ਮੈਂ ਪੁੱਛਿਆ ਬਾਬਾ ਜੀ ਛਾਪਰ 'ਚ ਕੀ? ਕਹਿੰਦਾ ਤੂੰ ਪੁੱਛ ਕੇ ਭੈਣ ਦਾ ਰਿਸ਼ਤਾ ਦੇਣਾ। ਹਾਂ ਛੋਟ, ਮੈਂ ਛਾਪਰ ਕੋਲ ਦੌੜ ਪਿਆ। ਫਿਰ ਛਾਪਰ 'ਚ ਕੀ ਸੀ? ਤੂੰ ਪੁੱਛ ਕੇ ਭੈਣ ਦਾ ਰਿਸ਼ਤਾ ਦੇਣਾ। ਫਕੀਰ ਨੇ ਸ਼ੇਖ ਸਾਹਿਬ ਨੂੰ ਕਿਹਾ, ਸ਼ੇਖ ਸਾਹਿਬ ਅੱਲਾ ਦੇ ਨਾਂ ਤੇ ਮੈਨੂੰ 10 ਰੁਪਏ ਦੇ, ਅੱਲਾ ਮੀਆਂ ਤੈਨੂੰ 100 ਦੇਗਾ। ਕਹਿੰਦਾ 10 ਉਹਦੇ ਕੋਲੋਂ ਲੈ ਦੇ, ਤੈਨੂੰ 100 ਵੀ ਦੇ ਦੇਗਾ। ਵੱਡੀ ਗੱਲ ਆ, ਦੋ ਸ਼ੇਖ ਸਾਹਿਬ ਮਰੀ ਗਏ। ਅੱਛਾ, ਦੋਨੇ ਦੋਸਤ ਮਰੀ ਗਏ। ਅੱਛਾ, ਤੇ ਰਾਤ ਨੂੰ ਕਮਰੇ 'ਚ ਦੋਨੇ ਹੀ ਮਰ ਗਏ। ਉਹਨੂੰ ਕਹੀ ਜਾਵੇ ਰੋਟੀ ਮੰਗਾ, ਉਹਨੂੰ ਕਹੀ ਜਾਵੇ ਰੋਟੀ ਮੰਗਾ, ਭੁੱਖ ਨਾ ਹੀ ਮਰ ਗਏ। ਓਏ, ਇੱਥੇ ਮਾਈਆਂ ਬੜੀਆਂ ਜੁੱਤਾਂ ਕਰਦੀਆਂ। ਅੱਛਾ, ਇੱਕ ਮਾਈ ਨੂੰ ਕਹਿਆ, ਇਹ ਮਾਂ ਹੀ ਤੁਹਾਡੀ ਪੰਜਾਂ ਪੁੱਤਾਂ ਦੀ ਖੈਰ ਹੋਵੇ, ਕਹਿੰਦੀ 6ਵੇਂ ਨੇ ਤੇਰੀ ਭੈਣ ਕੱਢੀ ਹੈ। ਇਸ ਤੋਂ ਜੱਟ ਬਹਾਦਰ ਸ਼ਹਜ਼ਾਦੇ ਬਹਾਦਰ ਇੱਕ ਬਾਬਾ ਜੀ ਸਾਈਕਲ ਤੇ ਜਾਣ ਡਏ ਤੇ ਡਿੱਗ ਪਏ। ਮੈਂ ਕਿਹਾ ਬਾਬਾ ਜੀ ਉੱਠ ਖਲੋਵੋ, ਕਿਸੇ ਨੇ ਨਹੀਂ ਵੇਖਿਆ। ਧੋਤੀ ਚੁੱਕ ਕੇ ਕਹਿੰਦਾ, ਲੈ ਤੂੰ ਵੇਖ ਲਾ। ਤੁਸੀਂ ਵੇਖਿਆ ਸੀ? ਆ ਤੇਰੇ ਰਵੇ ਸੀ। ਹਾਂ, ਛੋਟਾ ਜਿਹਾ ਸੀ, ਛੋਟਾ ਜਿਹਾ। ਇੰਨਾ ਕਿਸੇ ਨਹੀਂ ਗਈ ਆਈ। ਹਾਂ, ਜੱਟ ਸ਼ਹਜ਼ਾਦੇ ਨੇ ਜੱਟ। ਅੱਛਾ, ਜੱਟ ਜੱਟ ਤੇ ਬੜੇ ਅੱਛੇ ਬੰਦੇ ਆ, ਬੜੀ ਤੁਲੇ ਕੌਮ ਮਿਡਾਰ ਕੌਮ ਆ ਜੱਟ। ਵੱਡਾ, ਹਾਂਜੀ, ਰਜੇ ਹੋਣ ਤੇ ਕੁੱਟਣ ਲੱਗ ਪੈਂਦੇ, ਜੇ ਭੁੱਖੇ ਹੋਣ ਤੇ ਲੁੱਟਣ ਲੱਗ ਪੈਂਦੇ। ਕਰੇ ਬੰਦਾ ਕੀ? ਤੇਲੀਆਂ ਘਰ ਤੇ ਬੰਦਾ ਕੰਮ ਹੀ ਨਾ ਕਰੇ। ਕਿਉਂ ਜੀ? ਨਾ ਤੇਲ ਮੁੱਕੇ, ਨਾ ਜਾਨ ਛੁੱਟੇ। ਵਾਹ ਵਾਹ, ਇਹਨੂੰ ਗੋਡੇ 'ਚ ਜੋ ਲੈ ਲੈਂਦੇ, ਫਿਰ ਜਾਨ ਕਿੱਥੋਂ ਛੁੱਟਣੀ ਆ? ਅਗਰ ਬੰਦੇ ਨੇ ਤਰੱਕੀ ਕਰਨੀ ਹੋਵੇ ਤਾਂ ਬੰਦਾ ਚੁੱਪ ਕਰਕੇ ਰਾਣਾ ਬਣ ਜਾਏ। ਉਹ ਵੀ ਤਾਂ ਰਾਣਾ ਬਣਨਾ ਕਿਹੜਾ ਔਖਾ ਕੰਮ ਆ? ਐਵੇਂ 2 ਹਫ਼ਤੇ ਟਿਕਾ ਕੇ ਝੂਠ ਬੋਲੋ ਤੇ ਰਾਣਾ ਤਿਆਰ। ਵਾਹ ਵਾਹ ਵਾਹ, ਆ ਸਾਰੀਆਂ ਕੌਮਾਂ ਨੂੰ ਬਦਨਾਮ ਕਰਨ ਦੇ ਆ। ਅਜੇ ਤੈਨੂੰ ਰਾਈਆਂ ਦਾ ਨਹੀਂ ਪਤਾ? ਤੋਬਾ, ਵੀ ਰਾਈ ਬੜੇ ਕੰਜੂਸ ਨੇ। ਉਹ ਕਿਦਾਂ? ਰਾਈ ਤੇ ਏਡੇ ਕੰਜੂਸ ਨੇ ਤੇ ਆਪਣਾ ਥੁੱਕ ਜ਼ਾਇਆ ਨਹੀਂ ਕਰਦੇ। ਅੱਛਾ ਜੀ, ਆ ਦੂਸਰੀਆਂ ਕੌਮਾਂ ਥੁੱਕਦੀਆਂ ਆਥੂ ਆਥੂ, ਆ ਰਾਈ ਭਲਾ ਕਿਵੇਂ ਥੁੱਕਦੇ? ਕਿਦਾਂ? ਆ ਖਲਾਸ ਕਰ, ਰਾਈ ਵਾਕਈ ਬੜੇ ਚੰਗੇ ਬੰਦੇ ਆ। ਅੱਛਾ, ਹੁਣ ਵੱਡੀ ਜੀ ਨੰਗ ਕੇ ਗਈ ਆ, ਫ੍ਰਿਜ ਭਰੀ ਗੋਸ਼ਤ ਨਾਲ, ਰੋਟੀ ਫੇਰ ਗੰਡੇ ਨਾਲ। ਰਾਈ ਏਡੇ ਕੰਜੂਸ ਨੇ, ਰਾਈਆਂ ਨੂੰ ਵੇਖਣ ਵਾਲਾ ਹੋਵੇ ਭਾਜੀ ਬੰਦਾ ਸਰਦੀਆਂ ਨੂੰ ਵੇਖੇ। ਅੱਛਾ ਜੀ, ਆ ਜਦੋਂ ਸਰਦੀਆਂ ਆਉਂਦੀਆਂ ਘਰ 'ਚ ਹੀਟਰ ਤੇ ਨਹੀਂ ਬਾਲਦੇ? ਫੇਰ 5 ਕਿਲੋ ਮੂਲੀਆਂ ਖਾ ਕੇ ਦਰਵਾਜ਼ੇ ਬੰਦ। ਪੱਜ ਬੱਡੇ ਰਾਈ ਸਾਹਿਬ ਕੋਲ ਕੋਈ ਰਾਈ ਭਰਾ ਉਹ ਬੈਠਾ ਵਾ। ਅੱਛਾ, ਕਿੱਡਾ ਸੋਹਣਾ ਕਾਟਨ ਦਾ ਸੂਟ ਪਾਇਆ, ਸੋਹਣੀ ਜੁੱਤੀ ਪਾਈ ਆ, ਆ ਜੇਬ ਟਕਾ ਨਹੀਂ ਹੋਣਾ। ਕਿਉਂ? ਉਹ ਟਕਾ ਇਸ ਵੀ ਨਹੀਂ ਤੁਹਾਡੇ ਲੋ ਆ ਤੇ ਕਿੱਥੇ ਰਹਿ ਗਿਆ ਵਜ਼ੀਰੇ ਖਾਸ? ਵਜ਼ੀਰੇ ਖਾਸ ਉਹ ਬਾਦਸ਼ਾਹ ਜਿਹੜਾ ਜਿਹੜਾ ਕਲੀਅਰ ਨਹੀਂ ਹੋਏ। ਆਪਣਾ ਵੀ ਦੱਸ, ਆਪਣੀ ਬੁੱਢੀ ਦੇ ਨਾਲ ਝੰਗ ਬਾਜ਼ਾਰ ਚਲੇ ਗਿਆ। ਉੱਥੇ ਆਲੂ ਬੁਖਾਰੇ ਦੀ ਰੇਹੜੀ ਲੱਗੀ ਸੀ, ਇਹਨੇ ਚੁੱਕਿਆ ਇੱਕ ਆਲੂ ਬੁਖਾਰਾ, ਚੁੱਕ ਕੇ ਇੱਧਰ ਰੱਖ ਲਿਆ, ਦੂਸਰਾ ਆਲੂ ਬੁਖਾਰਾ ਚੁੱਕ ਕੇ ਇੱਧਰ ਰੱਖ ਲਿਆ। ਇਹਦੀ ਬੁੱਢੀ ਕਹਿੰਦੀ ਮੂੰਹ 'ਚ ਕੇਲਾ ਵੀ ਰੱਖ ਲਾ, ਪੂਰਾ ਸੈੱਟ ਤੇ ਮੁਕੰਮਲ ਹੋਵੇ। ਲੱਖ ਲਾਨਤ ਕਰਦੀ ਹੈ ਇਹਦੀ ਬੁੱਢੀ ਨੇ, ਫਿਰ ਰੱਖ ਕੇ ਦੱਸਿਆ ਵੀ ਇਦਾਂ ਹੁੰਦਾ ਪੂਰਾ। ਕੱਲ ਨੂੰ ਆਪਣੇ ਘਰ ਲੈ ਗਿਆ ਇਹ, ਆਹੋ, ਇਹਨੇ ਆਪਣੀ ਬੁੱਢੀ ਦੇ ਮੋਢੇ ਤੇ ਹੱਥ ਲਾ ਰੱਖੇ ਤੇ ਕੱਪੜੇ ਉੱਤਰ ਗਏ। ਮੈਂ ਕਿਹਾ ਆ ਵੀ ਕਹਿੰਦਾ ਚੁੱਪ
ਤੇ ਆਪਣੀ ਗੱਲ ਹੀ ਨਾ ਕਰ। ਕਿਉਂ? ਆ ਝੰਗ ਬਜ਼ਾਰੇ ਨੇ ਰੇੜੀ ਤੇ ਖਰੋੜ ਲਾ ਲੈ ਖਰੋੜ। ਅੱਛਾ ਉਹ ਵਿਕੇ ਨਹੀਂ। ਬਾਦ ਬਾ ਮੁਲਾਇਦਾ ਹੋਸ਼ਿਆਰ ਵਜ਼ੀਰ ਖਾਸ ਦਰਬਾਰ ਆਲੀਆ ਮੇ ਤਸ਼ਰੀਫ ਲਾ ਰਹੇ ਹੈ। जैसा कि आप लोग जानते हैं कि बादशाह सलामत की तबीयत नासाज है। जी जी जी। और इंशाल्लाह जल्द से जल्द वो ठीक हो जाएंगे। वज़ीरे आम जी, आपकी रहस्य इस छपड़ी में है। वो क्यों? आपका मुंह क्यों डड्डू जैसा है? तुम्हारी माँ के खसम जैसा है। ये खसम क्या होता है? ये जख्म से थोड़ा बड़ा होता है। बड़ा होता है तो बड़ा। जैसा कि आप लोग जानते हैं जी जी कि बादशाह सलामत की तबीयत नासाज है और इंशाल्लाह ताला वो जल्द से जल्द सेहत याब हो जाएंगे। और शाहिद साहब जी जी क्या बात है, बहुत परेशान लग रही हो। हाँ, क्योंकि बादशाह सलामत की तबीयत बहुत नासाज है। नासाज क्या होता है? बहुत कमजोर, वीक। तुम्हारी वजह से वो वीक हो रहे हैं। कहने का मकसद ये है कि हम सब लोग आज ये ऐलान करूंगा सिपा सलार होने के नाते कि इंशाअल्लाह ताला हम सब मुसलमान इंडिया के खिलाफ जंग करने को तैयार हैं। और इंशाअल्लाह ताला हर मुसलमान यही चाहता है कि कश्मीर बनेगा पाकिस्तान। इंशाअल्लाह ताला हमने कश्मीर भी लेना है और ताजमहल पे कब्जा भी करना है। असी तो ताजमहल पे कब्जा करके उसकी दीवार पे लगा देना साफ दुआ खाना रजिस्टर। ओ साडे काम इंज दे ही है पाकिस्तानियां दे। चल इस बहाने तू मुसलमान ते होया हुण तां रिश्ता दे देगा। ओ चल दे दे यार, वैसे भी नासी जानी है। ए वड्डी ओनू नहीं छोटी मेरे वास्ते रख। हाय हाय हाय, ओ तेरे का कख नहीं होना। उस्ताद जी सर, क्या कहना चाहती हो? मैं ये कहना चाहती हूं कि मैं यहां की मलका कब बनूंगी। शाही तबीब का पहले बंदोबस्त कर लो। शाही तबीब हाजिर हो। अस्सलाम वालेकुम वज़ीर खास। ओए आदाब कहिदा। ओए आदाब वज़ीर खास। आदाब उलाश उलाश। आ गया की गल है वज़ीर खास? वो बादशाह सलामत की तबीयत बहुत खराब है। अच्छा हां, वो मेरी गल सुनो। कोई ऐसी दवाई दे जेडी दवाई बादशाह दे अंदर जावे ते ओदी रूह उते चढ़ जावे। मेरी गल सुनो वज़ीर खास जी, मैं ए कुछ नहीं कर सकता, मगर मैं कोशिश करांगा कि बादशाह सलामत की जिंदगी बच सके। ठीक है, क्योंकि जड़ी बूटी मैं बड़ी मुश्किल दे नाल कोई नूर दे पहाड़ तो हासिल की थी। अच्छा, जड़ी बूटी हो जड़ी बूटी है हाँ जी, ते मुर्दा इंसान नु भी खवा दीती जावे ते वो भी उठ के खड़ा हो जाता है। हुए हुए। इसका मतलब है कि खड़ा आप करते हैं? इहदा मतलब तुसी काफी मेहनत नाल बनाई है। ए बहुत मेहनत नाल मैं बनाई है। किवें? ते जड़ी बूटी जी, मैं कोशिश करांगा मगर इहदा असर ਕਿੰਨੀ ਦੇਰ ਤੱਕ ਰਹੇਗਾ? ਹਾਂਜੀ, ਇਹ ਮੈਨੂੰ ਨਹੀਂ ਪਤਾ, ਇਹ ਥੋੜੇ ਰੱਬ ਨੂੰ ਪਤਾ ਹੈ, ਮਗਰ ਇਹ ਜੜੀ ਬੂਟੀ ਬਾਦਸ਼ਾਹ ਸਲਾਮਤ ਨੂੰ ਤੰਦਰੁਸਤ ਕਰ ਦੇਗੀ। ਅੱਛਾ ਓਏ ਓਏ ਓਏ, ਖਾਣ ਵਾਲੀ ਨਹੀਂ ਫਿਰ ਉੱਤੇ ਲਾਣ ਵਾਲੀ ਆ। ਉਹ ਚੱਲ ਜਿਸ ਜਗ੍ਹਾ ਤੇ ਲਾਣੀ ਉੱਥੇ ਥੁੱਕ ਲਈ। ਅਭੀ ਹੱਟ ਦਾਈ ਮੇਰੀ ਗੱਲ ਸੁਣੋ ਤੁਸੀਂ ਜਿਹਦੇ ਉੱਤੇ ਦੋ ਬਦਾਮ ਨਹੀਂ ਹੁੰਦੇ ਉਹ ਦੁੱਧ ਪਲਾ। ਤੈਨੂੰ ਉਹ ਨਾ ਪਲਾਵਾਂ ਜਿਹਦੇ ਥੱਲੇ ਦੋ ਖਰੋਟ ਨਹੀਂ ਹੁੰਦੇ। ਤਬੀਬ ਕੋ ਬਾਦਸ਼ਾਹ ਸਲਾਮਤ ਕੇ ਕਮਰੇ ਮੇਂ ਲੈ ਜਾਇਆ ਜਾ। ਸਾਹਮਣੇ ਜੀ ਸਾਹਮਣੇ ਤਖਲੀਆ ਤਖਲੀਆ ਜੀ
ਦੋਈ ਬਾਦਸ਼ਾਹ ਸਲਾਮਤ ਦੇ ਕੋਲ ਮੈਂ ਛੱਡ ਆਇਆ ਹਕੀਮ ਸਾਹਿਬ ਨੂੰ, ਹੁਣ ਉਹਨਾਂ ਦਾ ਇਲਾਜ ਹੋਏਗਾ, ਹੁਣ ਦੇਖਾਂਗੇ ਕੀ ਬਣਦਾ ਕੇ। ਦੋ ਜਣੇ ਆ, ਕੀ ਬਕਵਾਸ ਹੈ ਇਹ? ਬਕਵਾਸ ਕੀ ਹੈ? ਹਮ ਤੁਹਾਡੇ ਕਾਨ ਮੇ ਕੋਈ ਬਾਤ ਕਰਨਾ ਚਾਹਤੇ ਹੈ। ਕੀ ਇਤਨੀ ਬੜੀ ਚੀਜ਼ ਮੰਗ ਲਈ? ਖਬਰਦਾਰ, ਅਗਰ ਓਵਰਲੈਪ ਹੋ ਗਈ ਕੋਈ ਠੀਕ ਹੈ ਨਹੀਂ ਠੀਕ। ਉਹ ਕੀ ਕਹੀ ਜਾਂਦਾ, ਇਤਨੀ ਬੜੀ ਚੀਜ਼? ਉਸਤਾਖ ਅਗਰ ਬੜੀ ਹੈ ਤਾਂ ਰਹਿਣੇ ਦੋ। ਗੰਦਾ, ਕਿਆ ਬਦਤਮੀਜ਼ੀ ਹੈ ਇਹ? ਕਿਉਂ, ਮੈਂ ਤੁਮੇ ਪਸੰਦ ਨਹੀਂ ਹੂੰ? ਕਹਾਂ ਸੇ ਤੁਮ ਪਸੰਦ ਹੋ ਮੁਝੇ, ਮਾਰੂੰਗੀ ਮੈਂ ਬਹੁਤ ਤੁਮੇ। ਮੈਂ ਵੀ ਮਾਰਨਾ ਚਾਹਤਾ ਹੂੰ। ਕਨੀਜ਼ੇ ਖਾਸ ਯਾਰ। ਓਏ ਸ਼ਰਮ ਕਰ ਡਡੂਆ, ਤੂੰ ਕਿਹੜੇ ਹੱਥ ਗੰਦੇ ਹੱਥ ਚੁੰਮੀ ਜਾਂਦਾ ਤੂੰ? ਗੰਦੇ ਹੱਥ ਵਾ? ਹਾਂ ਗੰਦੇ ਹੱਥ ਚੁੰਮ ਲੈ ਤੂੰ। ਉਹ ਸਾਲਿਆ ਬੈਗ ਤੋਂ ਚੁੰਮਿਆ, ਮੈਂ ਕਿਹੜਾ ਫਰੰਟ ਤੋਂ ਚੁੰਮਿਆ? ਓਏ ਮੇਰੀ ਗੱਲ ਸੁਣ, ਸੱਜੇ ਹੱਥ ਚੁੰਮੀ ਦਾ ਹੁੰਦਾ ਖੱਬਾ ਨਹੀਂ। ਸੱਜੇ ਨਾਲ ਕਿਹੜਾ ਪਕੌੜੇ ਕੱਢਦੀ ਆ? ਹਾਂ ਕਿਉਂ? ਸਲਾਮਤ ਦਰਬਾਰੇ ਆਲੀਆ ਮੇ ਤਸ਼ਰੀਫ ਲਾ ਰਹੇ ਹੈਂ। ਮਲਕਾ ਆਲੀਆ ਦਰਬਾਰੇ ਆਲੀਆ ਮੇ ਤਸ਼ਰੀਫ ਲਾ ਰਹੀ ਹੈ। ਡੱਡੂ ਡੱਡੂ ਮੁੜ ਜਾ ਜੀ, ਬਾਦਸ਼ਾਹ ਸਲਾਮਤ ਆਪ ਰਿਆਇਤ ਸੇ ਬਾਤ ਕਰਨਾ ਚਾਹਤੇ ਹੈਂ। ਆਜ ਜੋ ਹਮਾਰੀ ਸਾਂਸੋਂ ਕੀ ਡੋਲੇ ਚੱਲ ਰਹੀ ਹੈ, ਵੋ ਅੱਲਾਹ ਤਾਲਾ ਕੇ ਬਾਦ ਇਸ ਸ਼ਾਹੀ ਹਕੀਮ ਕੀ ਵਜ੍ਹਾ ਸੇ ਹੈ। ਆਹੀ ਆ ਗੰਦੀ ਨਸਲ ਦਾ। ਵਦੀ ਨਿਯਮ ਜੀ, ਸ਼ਾਹੀ ਹਕੀਮ ਕੋ ਇਨਾਮਾਤ ਸੇ ਨਵਾਜ਼ਾ ਜਾਏ। ਇਨਾਮ ਦਿੱਤਾ ਜਾ ਰਿਹਾ, ਨਵਾਜ਼ਿਆ ਜਾ ਰਿਹਾ ਸਰਕਾਰ। ਸ਼ਾਹੀ ਹਕੀਮ ਕੋ ਸ਼ਾਹੀ ਖਜ਼ਾਨੇ ਮੇ ਸੇ 100 ਅਸ਼ਰਫ ਇਨਾਮ ਮੇ ਦੀ ਜਾਏ। ਖਜ਼ਾਨੇ ਚ ਸਿਰਫ 60 ਪਈਆਂ ਵਾ। ਇਹ ਖਜ਼ਾਨਾ ਕਿਧਰ ਗਿਆ? ਹਾਂਜੀ, ਇਹ ਖਜ਼ਾਨਾ ਕਿਧਰ ਗਿਆ? ਸਰਕਾਰ ਹਿਸਾਬਦਾਰ ਲੈ ਗਿਆ ਸਾਰਾ ਖਜ਼ਾਨਾ। ਇਸ ਹਿਸਾਬਦਾਰ ਕੋ ਤਲਬ ਕੀਤਾ ਜਾਏ। ਉਹਨੇ ਨਹੀਂ ਆਣਾ, ਹੁਣ ਹੋ ਗਿਆ। ਉਹ ਕਦੋਂ ਆਉਂਦਾ ਹੈ, ਪਾਗਲ ਹੋ ਆਵੇ? ਮੇਰੀ ਗੱਲ ਸੁਣੋ, ਬਾਦਸ਼ਾਹ ਸਲਾਮਤ ਤਸ਼ਰੀਫ ਰੱਖੋ ਤੇ ਆਪਣੀ ਰਾਇ ਨਾਲ ਜਿਹੜੀ ਗੱਲ ਕਰਨੀ ਉਹ ਸ਼ੁਰੂ ਕਰੋ। ਸ਼ਾਹੀ ਫਰਮਾਨ। ਵਜ਼ੀਰ ਆਮ ਜੀ, ਹਮ ਚਾਹੋ ਜਲਾਲ ਕੇ ਬਾਦਸ਼ਾਹ। ਬੇ ਸਾਨੂੰ ਪਤਾ ਅੱਗੇ ਵੀ ਤੁਸੀਂ ਕੁਛ ਕਰੋ। ਇਹ ਦਰਿਆ, ਇਹ ਉੱਚੇ ਉੱਚੇ ਪਹਾੜ, ਇਹ ਜੰਗਲਾਤ, ਇਹ ਰਾਇਆ, ਇਹ ਸਭ ਅੱਲਾਹ ਤਾਲਾ ਕੇ ਫਜ਼ਲੋ ਕਰਮ ਸੇ ਹਮਾਰੀ ਤਾਕਤ ਹੈ। ਮਗਰ ਅਫਸੋਸ, ਇੱਕ ਬਾਤ ਕੀ ਹਮੇ ਸਮਝ ਨਹੀਂ ਆਈ, ਕਿ ਅੱਲਾਹ ਤਾਲਾ ਨੇ ਹਮੇ ਔਲਾਦ ਜੈਸੀ ਨਿਮਤ ਸੇ ਕਿਉਂ ਨਹੀਂ ਨਵਾ। ਆਪ ਮੱਛੀ ਵੀ ਜੂਨ ਖਾਤੇ ਐਂ ਹੋਣਗੇ ਜਿਵੇਂ ਜੂਨ। ਅੱਛਾ ਸਲਾਮਤ, ਇਹ ਅੱਲਾਹ ਦੀ ਰਜ਼ਾ ਹੈ, ਉਹ ਜਿਹਨੂੰ ਚਾਹੇ ਔਲਾਦ ਦੇ ਦੇਵੇ, ਜਿਹਨੂੰ ਚਾਹੇ ਨਾ ਦੇਵੇ, ਇਹਦੇ 'ਚ ਕੋਈ ਹਿਰ ਕਰਨ ਵਾਲੀ ਗੱਲ ਨਹੀਂ। ਰਿਆਇਤ ਤਾਂ ਹਮੇਸ਼ਾ ਤੁਸੀਂ ਆਪਣੀ ਔਲਾਦ ਦੀ ਤਰ੍ਹਾਂ ਹੀ ਸਮਝਿਆ। ਹਮ ਵੀ ਆਪਕੀ ਔਲਾਦ ਕੀ ਤਰ੍ਹਾਂ ਹੈ? ਹਮ ਆਪਣੀ ਰਾਇ ਸੇ ਇੱਕ ਬਾਤ ਕਰਨਾ ਚਾਹਤੇ ਹੈਂ। ਜੀ ਬਾਦਸ਼ਾਹ ਸਲਾਮਤ। ਕਿ ਹਮਾਰੇ ਅਹਦ ਹੁਕਮਰਾਨੀ ਮੇ ਅਗਰ ਹਮ ਸੇ ਕੋਈ ਗਲਤੀ ਹੋ ਗਈ ਹੋ, ਕੋਈ ਬੇਇਨਸਾਫੀ ਹੋ ਗਈ ਹੋ, ਕਿਸੇ ਕਾ ਨਾਲ ਜ਼ੁਲਮ ਹੋ ਗਿਆ ਹੋ, ਤੋ ਲਿਲਾਹ ਹਮੇ ਮੁਆਫ ਕਰ ਦਿਆ ਜਾਏ। ਕੀ ਕਹਾ ਬਾਦਸ਼ਾਹ ਸਲਾਮਤ? ਲਿਲਾਹ ਦੇ ਦੇ
क्या कहा बादशाह सलामत आपने? लिल्ला सोन पासों कट ला। मैं बड़ा बकबका जिहा मौसम आ। बादशाह सलामत क्या कहा आपने? लिल्ला स्प्रे करवाओ तो उन कीड़े तंग कर रहे हैं। बादशाह सलामत आपने क्या कहा? लिल्ला वो तेरे को नहीं ले जानी है। बादशाह सलामत जी मेरी बात सुने, मैं आपसे एक बात करना चाहता हूँ। करो बादशाह सलामत मन माफ कर दे। क्या हुआ? मन माफ कर दे बादशाह सलामत। हुआ क्या है? मैं मलका आलिया नु ना नहांदे देख लिया जनाब। किसे दा पर्दा भी रख लईदा की है? मैं 70 बारी देखया, मैं तन्नू दसया कुदी देखो जी सका इन दोनों की टोने उतार दी जाए। हां जी वाह, ए बादशाह चूल मार रहे दा जे। बादशाह सलामत एदी तोड़ क्यों नहीं लाउंदे? क्यों जेडी कुंडी ही नहीं लाउंदी? ये मैं क्या सुन रहा हूं मलका? गलत सुन रहे। बादशाह सलामत जी आपकी जान में अपना की पाना वा की गईदा? हां अपनी जान की ईमान पाऊं तो बादशाह सलामत कुछ अर्थ करो। करो अच्छा जान की। हां हां जी वजीरिया। हाँ जी बादशाह सलामत। क्या बात है? आपकी जान में अपना बचन मेरा पाले छोड़ा है दे आवा। जान में जान पाऊं। अच्छा 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 वाह वाह। वो ऐसा नहीं कहना। हाँ वो कहना बादशाह सलामत आपके साथ अपनी बहन पाऊं तो अर्ज करूं, ऐसा कह दे। पहली लाइन कहूंगा तो अगू मैं कह दूंगा। चलो पा दिया तुसी कड़ा पहली बारी पाउनी है। बादशाह सलामत। क्या बात है? जान की ईमान पाऊं तो कुछ खर्च करूं। करो हम मलका के साथ स्नान करना चाहते हैं। हद बेअदब। बादशाह सलामत वजीरे आम जी आप नहीं कर सकते स्नान। क्यों? आपके तो हुए ही नहीं है खतनान। मलका ने देखा है हमारा निजाम। हद बेअदब गुस्ताख, हमारा शाही फरमान पढ़ के सुनाया जाए। जी बादशाह सलामत। बादशाह सलामत की तरफ से अस्सलाम वालेकुम। ओए ओ डड्डू आराम आराम। ए ए सीधा है ए। चौधर तुम पीछे हो जाओ। पीछे अब पढ़ो। बादशाह सलामत की तरफ से शाही फरमान। शाही फरमान पढ़ के सुनाया जाए। हाँ पढ़ ला। अहम वक्त पेश। छोड़ दे समझ। पथराव नहीं रहा। बादशाह सलामत की तरफ से शाही फरमान पे। तू देख ला पहले, तू देख ला। तू देखना मैं तुम्हें व्हाट्सएप कर दूंगा। बादशाह सलामत की तरफ से शाही फरमान पेश किया जाता है कि बादशाह के मरने के बाद इस सल्तनत के बादशाह को मलका आलिया मुंतखब करेंगी और मलका को इसी इज्जत के साथ नवाजा जाएगा जिस इज्जत के साथ उनको नवाजा जा रहा है। शाही फरमान खत्म हुआ। कैमरामैन आसिफ जुवेद के साथ नसीम राजपूत। जी बादशाह सलामत। जी वजीर खास। जी सरकार। हमारे सेहतमंद होने की खुशी में महल के अंदर रक्स सरूद की महफिल का बाकी जाए। शाही कजरी हाजिर हो। साले की भी अम्मी मैं भी उठ के आ गई। पता बहुत दुख होया तुम ना कर, तू सादा चंगा नहीं लगता। हया कर। तो फिर ठीक है वजीर आम जी। ऐसे नहीं रोते। क्यों? इस तरह की आवाजें कसाई के फटे के नीचे से आती हैं। बादशाह मर गया, अब बादशाह मैं बनूंगा। नहीं जी तू मुझे बादशाह हम बनेंगे। अस्सलाम वालेकुम। वालेकुम सलाम। थैंक यू वेरी मच। बादशाह हम बनेंगे। बादशाह हम बनेंगे। हम जो हो जलाल के बादशाह हैं। ले मासी पठियाली दा मुंडा ते जो हो जलाल के बादशाह हैं। यार सही दस बादशाह। बादशाह हमने बादशाह मैं आवां। बादशाह हम बनेंगे। बादशाह ने कहा सी जब मैं मर गया तो तू ही बादशाह लगना वा। अच्छा बादशाह हम बनेंगे। ओ हम बनेंगे बादशाह सालिया, तू डड्डू वा इंसान बनया नहीं, बादशाह किदा बनना? बादशाह हम बनेंगे। तू सिर्फ बादशाह दा टैलेंट पाया वा जो सौखा वट पाउणा। बादशाह हम बनेंगे। बादशाह हम बनेंगे। बादशाह मैं बनूंगा। तो भी ठीक है। शमशीर अजमाई होगी। शमशीर अजमाई करो। च
चाहे हमशीर अजमाई करो, बादशाह ना हूं हम, बादशाह है। शाहपुर चले जाना मैं। क्या फरमाया? बादशाह सलामत रात आपकी ख्वाब में आए। हां जी, ते नहाना ने सी ते लत्ता ही धो लेनी सी। यार बदतमीज आदमी, तुसी दसो की मेरी गल सुनो। वजीर खास तो वजीर आम, मेरी गल गौर ना सुनो। बादशाह सलामत मलका आलिया ने सुबह उठ के मन ख्वाब सुनाई है। बादशाह सलामत रात इन्होंने ख्वाब च आए सन, आन के उन्होंने किया है कि शाही महल तो एक परिंदा उड़ाया जाए छत तो, ठीक है। वो परिंदा जिदे सिर ते जाके बैठ जावे, वो इस मुल्क दा बादशाह होएगा, इस तख्त तो ताज दा बादशाह होएगा। जाके लेना बना आना भला गंदी नसल दाणा कदों खांदा वा। देखो ऐ शाही परिंदा है, हुणे उड़ाया जाएगा और परसों तो बाद वैसे ही उड़ जाएगा, ठीक है। इहनूं तुसीं हुण मैं अपनी किस्से तों मिलाओ ते असीं चले आ। आओ आपण मलका आ रही है। Yeah.
ਬੇੜਾ ਕਰਕੇ ਜੇ ਬਾਦਸ਼ਾਹ ਸਲਾਮਤ ਦਾ ਰਵੇ ਕੱਖ ਨਾ।
ਰਕਸ਼ੇ ਦੀ ਸਾਈਡ ਵੱਜੀ ਉਹ ਵਿਖਾਈ ਆ ਮੇਰੀ ਜਵਾਨ ਬੱਚੀ ਮੌਤ ਦੇ ਖੂਹ ਤੋਂ ਚੁੱਕੀ ਗਈ ਆ ਉਹ ਹੁਣ ਮੌਤ ਦੇ ਮੂੰਹ ਚ ਆ ਮੈਂ ਆਪਣੀ ਬਰਾਦਰੀ ਦੇ ਵਿੱਚ ਕਿਸੇ ਨੂੰ ਮੂੰਹ ਦਿਖਾਉਣ ਦੇ ਕਾਬਲ ਨਹੀਂ ਰਹੀ ਹੈਗੀ ਅੱਗੇ ਕਦੋਂ ਮੂੰਹ ਵਿਖਾਉਂਦੇ ਹੋ ਵੇ ਬੇਟਾਮੀ ਭੈਣ ਨਾ ਪੇਸ਼ ਕਰ ਤੂੰ ਟਾਈਮ ਨਾ ਕਰਦਾ ਭਾਈ ਤੇਰੇ ਕੋਲ ਤੇ ਕਨਵੇਸ ਵੀ ਆ ਇਹ ਸੀਐਨਜੀ ਤੇ ਐਡਾ ਸਿਲੰਡਰ ਚੜਦਾ ਪਿੱਛੋਂ ਇਹਨੂੰ ਰਕਸ਼ਾ ਲਿਆ ਦੇ ਨੇ ਭੈਣ ਦਾ ਛਿਲਾ ਕਰਾਉਣ ਜਾਣਾ ਆਇਆ ਵਿਆਹ ਤੇ ਬੁਲਾਉਂਦਾ ਪਤਾ ਨੀ ਕਾਰਡ ਤੇ ਲਿਖ ਕੇ ਭੇਜਦੇ ਵੀ ਇਹ ਕੰਜਰ ਕੱਢ ਕੇ ਸਾਰੇ ਆ ਜਾਓ ਤੁਸੀਂ ਗੁੱਸਾ ਨਾ ਕਰੋ ਪਿੱਛੋਂ ਲਿਆ ਕੇ ਵਿੱਚ ਮਾਰੋ ਬਕਵਾਸ ਕਰਦਾ ਕੁੱਤੇ ਦਾ ਪੁੱਤ ਨਾ ਹੋਵੇ ਤਾਂ ਆਪਣੀ ਜ਼ਬਾਨ ਤੇ ਕੰਟਰੋਲ ਕਰ ਤਾੜੀ ਮਾਰ ਦਿਓ ਅਸਲ ਵੱਜ ਗਈ ਆ ਤੁਹਾਨੂੰ ਕਿੱਦਾਂ ਪਤਾ ਅਸਲ ਵੱਜ ਗਈ ਆ ਓਏ ਅਸਲ ਇਹਨਾਂ ਨੂੰ ਪਤਾ ਹੁੰਦਾ ਵੀ ਵੱਜਦੀ ਕਿੱਦਾਂ ਵਾ ਉਹ ਸਾਈਡ ਸ਼ੀਸ਼ੇ ਚ ਵੇਖ ਲਿਆ ਕਰੋ 35-75 75 ਹੋਵੇ ਤੇ ਗਿੱਟਿਆਂ ਚ ਪਵੇ ਮੈਂ ਤਾਂ ਅੱਜ ਹੈਰਾਨ ਹਾਂ ਅੱਜ ਟੋਪੀ ਸਿਰ ਤੇ ਲਈ ਹੈ ਵਿਆਹ ਕੌਣ ਆ ਵੇ ਕੰਜਰਾਂ ਦਾ ਸ਼ਾਸ਼ਾ ਹੈ ਇਹ ਵਜ਼ੀਰੇ ਮੁਕਤਸਰ ਆ ਇਹ ਸ਼ੁਰੂ ਤੋਂ ਹੀ ਐਡਾ ਸੀ ਅੱਛਾ ਜੀ ਇਹ ਜਵਾਨ ਸੀ ਜੀ ਤੇ ਜਿੱਡਾ ਨਜਾਇਜ਼ ਸੀ ਨਸੀਮ ਸਾਦਕ ਨੇ ਲਾ ਦਿੱਤਾ ਆ ਮੈਂ ਆਪਣੀ ਬੱਚੀ ਨਾਲ ਲੈ ਕੇ ਆਈ ਆ ਜਵਾਨ ਅਨਟੱਚ 0 ਮੀਟਰ ਬੱਚੀ ਨਾ ਇਹੋ ਜੀ ਗੱਲ ਨਾ ਕਰਿਆ ਕਰੋ ਕਿਉਂ ਬੁਰਾ ਲੱਗਦਾ ਬੰਦਾ ਵੇ ਮੇਰੀ ਬੱਚੀ ਨਾਲ ਆਈ ਆ ਕੁੱਤਿਆ ਬਕਵਾਸ ਕਰਦਾ ਆ ਹਰਾਮ ਦਿਆ ਉਹਨੂੰ ਆਵਾਜ਼ ਮਾਰੋ ਮੱਲਾ ਠੀਕ ਨਹੀਂ ਉਹ ਵੀ ਠੀਕ ਨਹੀਂ ਤੇ ਅਨਟੱਚ ਕਿਦਾਂ ਵਾ ਨਿਧੀਏ ਅਲੀ ਅਮੀ ਹੋ ਹਾਏ ਅਮੀ ਤੂੰ ਇੱਥੇ ਲੈ ਹੋ ਹਾਏ ਅਮੀ ਨਿੰਨ ਖੱਤੀਏ ਕਰੋ ਚਿੜਚਿੜ ਖਾ ਕੇ ਆਈ ਆ ਤੜਬੀ ਜਾਨੀ ਏ ਕੁੱਤੀਏ ਦੀ ਹੋ ਅਮੀ ਬਾਹਰ ਬੰਦੇ ਤੇ ਬੰਦਾ ਚੜਿਆ ਵਾ ਹੈ ਅਮੀ ਤੂੰ ਇੱਥੇ ਲੈ ਨਜ਼ਰ ਕਿਵੇਂ ਲੱਗੂ ਨੀ ਮੈਂ 2:30 ਵਜੇ ਗਈ ਨਜ਼ਰ ਤੈਨੂੰ ਲੱਗਾ ਨੀ ਸੀ ਤੇਰੇ ਸ਼ੌਕੇ ਲਾਉਣ ਡਿਆ ਸੀ ਉਹ